ਆਪਾਂ ਅੱਜ ਗੱਲ ਹੀ ਕਰਦੇ ਸੀ ਵੀ ਬਾਲ ਵੱਜਦੀ ਆ ਦੇਖੋ ਬਾਲ ਵੱਜੀ ਫੇਸ ਤੇ ਛੋਟੇ ਹੁੰਦੇ ਤੋਂ ਹੀ ਆਪਣੀ ਜ਼ਿੰਦਗੀ ਦੇ ਵਿੱਚ ਇੰਨੇ ਜ਼ਿਆਦੇ ਇਮਤਿਹਾਨ ਜਿਹੇ ਆਉਂਦੇ ਆ ਚਾਹੇ ਪੇਪਰ ਕਹਿ ਲਓ ਅਸਾਈਨਮੈਂਟਾਂ ਕਹਿ ਲਓ ਅਤੇ ਬਹੁਤ ਵਾਰ ਆਪਾਂ ਕਈ ਚੀਜ਼ਾਂ 'ਚ ਫਸ ਵੀ ਜਾਂਦੇ ਹਾਂ ਹੈ ਨਾ ਅਤੇ ਆਪਾਂ ਨੂੰ ਲੱਗਦਾ ਵੀ ਯਾਰ ਇਹੀ ਸਭ ਤੋਂ ਵੱਡੀ ਚੀਜ਼ ਆ ਫਿਰ ਉਹ ਜਦੋਂ ਪੇਪਰ ਨਿਕਲ ਜਾਂਦਾ ਵਾ ਜਾਂ ਕੁਛ ਵੀ ਇਹੋ ਜਿਹਾ ਹੋ ਜਾਂਦਾ ਵਾ ਆਪਾਂ ਸੁੱਖ ਦਾ ਸਾਹ ਲੈਂਦੇ ਹਾਂ ਅਤੇ ਫਿਰ ਅਗਲਾ ਪੇਪਰ ਆ ਜਾਂਦਾ ਜ਼ਿੰਦਗੀ ਦੇ ਵਿੱਚ ਸਾਰੀ ਲਾਈਫ 'ਚ ਐਂ ਚੱਲੀ ਜਾਂਦਾ ਵਾ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਸਕੂਲ ਦੇ ਵਿੱਚ ਤੁਹਾਨੂੰ ਜ਼ਿਆਦਾ ਔਖਾ ਵਾ ਕਾਲਜ ਦੇ ਵਿੱਚ ਉਹ ਤੋਂ ਵੀ ਵੱਧ ਔਖਾ ਵਾ ਉਦੋਂ ਬਾਅਦ ਜੇ ਤੁਸੀਂ ਅੱਗੇ ਜਾਏਂਗੇ ਉਹ ਕੰਪਨੀਆਂ ਦੇ ਵਿੱਚ ਕੰਮ ਕਰਨਾ ਉਹ ਉਦੋਂ ਵੀ ਵੱਧ ਔਖਾ ਵਾ ਸੋ ਜ਼ਿੰਦਗੀ ਦੇ ਵਿੱਚ ਇਹ ਚੀਜ਼ ਤਾਂ ਕਦੇ ਨਹੀਂ ਮੁੱਕਣੀ ਹੈਗੀ ਵੀ ਜਿਵੇਂ ਤੁਸੀਂ ਤੁਹਾਡੇ ਕੰਮ ਨਹੀਂ ਮੁੱਕਣੇ ਤੁਹਾਡੇ ਇਮਤਿਹਾਨ ਨਹੀਂ ਮੁੱਕਣੇ ਪਰ ਇੰਨਾ ਜ਼ਰੂਰ ਆ ਵੀ ਜਦੋਂ ਵੀ ਤੁਹਾਡੀ ਉਹ ਚੀਜ਼ ਸਕਸੈਸਫੁੱਲ ਹੋ ਜਾਂਦੀ ਹੈ ਤੁਸੀਂ ਰੱਬ ਦਾ ਸ਼ੁਕਰੀਆ ਜ਼ਰੂਰ ਕਰਿਆ ਕਰੋ ਅਤੇ ਤੁਹਾਨੂੰ ਕਿਸੇ ਦਿਨ ਬਾਹਲਾ ਐਵੇਂ ਲੱਗਦਾ ਹੁੰਦਾ ਨਾ ਵੀ ਯਾਰ ਆਹ ਕੀ ਹੋ ਰਿਹਾ ਵਾ ਬਾਹਲਾ ਤੁਸੀਂ ਫੀਲ ਡਾਊਨ ਜਿਹਾ ਕਰਦੇ ਹੋ ਹੈ ਨਾ ਤਾਂ ਇੱਕ ਵਾਰੀ ਬਹਿ ਕੇ ਆਪਣੇ ਪਿਛਲੇ ਟਾਈਮ ਬਾਰੇ ਸੋਚਿਆ ਕਰੋ ਵੀ ਯਾਰ ਮੈਂ ਅੱਜ ਤੋਂ 10 ਸਾਲ ਪਹਿਲਾਂ ਕੀ ਸੀਗਾ ਕੁਛ ਵੀ ਨਹੀਂ ਸੀਗਾ ਹੁਣ ਮੈਂ ਕਿੰਨਾ ਗਰੋ ਕਰ ਲਿਆ ਹੌਲੀ ਹੌਲੀ ਉਹ ਟਾਈਮ ਵੀ ਲੱਗ ਜਾਂਦਾ ਵਾ ਅਤੇ ਅੱਜ ਮੇਰੇ ਨਾਲ ਵੀ ਇੱਦਾਂ ਹੀ ਆ ਮੈਂ ਛੋਟੀ ਜਿਹੀ ਕੋਈ ਮੈਨੂੰ ਸਫਲਤਾ ਮਿਲੀ ਆ ਉਸ ਕਰਕੇ ਮੈਂ ਉਹਨੇ ਕਟਾਣਾ ਸਾਹਿਬ ਮੱਥਾ ਟੇਕਣ ਚੱਲਿਆ ਮੈਂ ਆਲਵੇਜ਼ ਟਰਾਈ ਕਰਦਾ ਵੀ ਸ਼ੁਕਰਾਨਾ ਕਰਕੇ ਆਈਏ ਵਾਹਿਗੁਰੂ ਜੀ ਦਾ ਵੈਸੇ ਵੀ ਮੈਨੂੰ ਵਧੀਆ ਲੱਗਦਾ ਤੁਹਾਨੂੰ ਪਤਾ ਹੀ ਆ ਹੁਣ ਕਟਾਣਾ ਸਾਹਿਬ ਮੈਨੂੰ ਤਾਂ ਫੇਵਰੇਟ ਜਗ੍ਹਾ ਹੋ ਆਪਣੀ ਬੋਲਟ ਕਿੱਥੇ ਆ ਲੈ ਕੇ ਗਿਆ ਅੱਛਾ ਪਲੈਟੀਨਾ ਮੱਥਾ ਟੇਕ ਲਿਆ ਜੀ ਕਟਾਣਾ ਸਾਹਿਬ ਚਿੱਟੇ ਪੱਤਰ ਕਰਕੇ ਉੱਥੇ ਇੰਨੀ ਧੁੱਪ ਦੀ ਰਿਫਲੈਕਸ਼ਨ ਸੀਗੀ ਅੱਖਾਂ ਨਹੀਂ ਖੁੱਲਦੀਆਂ ਸੀ ਉੱਥੇ ਹੈ ਨਾ ਅੱਖਾਂ ਬੰਦ ਕਰ ਕਰਕੇ ਜਾਣਾ ਪੈਂਦਾ ਮੈਨੂੰ ਬਾਹਲਾ ਇਹਦਾ ਉੱਪਰਾ ਲੱਗਦਾ ਕਿਉਂਕਿ ਜਿਹੜੀਆਂ ਇੱਦੋਂ ਪਹਿਲਾਂ ਵਾਲੀਆਂ ਮੇਰੀਆਂ ਵਿਜ਼ਨ ਗਲਾਸਿਸ ਸੀਗੀਆਂ ਐਨਕਾਂ ਸੀਗੀਆਂ ਉਹ ਡੇ ਐਂਡ ਨਾਈਟ ਸੀਗੀਆਂ ਧੁੱਪ 'ਚ ਕਾਲੀਆਂ ਹੋ ਜਾਂਦੀਆਂ ਸੀ ਪਰ ਉਹਦੇ ਉੱਤੇ ਕੋਈ ਸਕਰੈਚ ਹੀ ਇੰਨੇ ਪੈ ਗਏ ਉਹ ਮੈਂ ਹੁਣ ਸ਼ੀਸ਼ਾ ਬਦਲਾਉਣਾ ਬਹੁਤਾ ਜਾਂ ਫਰੇਮ ਦੋਨੇ ਚੀਜ਼ਾਂ ਬਦਲਵਾ ਕੇ ਆਊਂਗਾ ਨਵੀਂ ਲੈ ਲੂੰਗਾ ਇਸ ਕਰਕੇ ਮੈਂ ਅੱਜ ਕੱਲ੍ਹ ਆਹ ਵਾਲੀ ਗਲਾਸਿਸ ਯੂਜ਼ ਕਰ ਰਿਹਾ ਵਾਂ ਇਹ ਡੇ ਨਾਈਟ ਨਹੀਂ ਹੈਗੀਆਂ ਇਸ ਕਰਕੇ ਇਹਦੇ ਵਿੱਚ ਬਾਹਲੀ ਜ਼ਿਆਦਾ ਮੈਨੂੰ ਧੁੱਪ ਜੀ ਲੱਗਦੀ ਹੈ ਕਿਉਂਕਿ ਬੰਦੇ ਦੀ ਅੱਖਾਂ ਉਵੇਂ ਯੂਜ਼ ਟੂ ਹੋ ਜਾਂਦੀਆਂ ਨੇ ਮੈਨੂੰ ਤਾਂ ਬਾਹਲਾ ਖੇਡਣ ਵੀ ਜਾਣਾ ਤਾਂ ਮੈਨੂੰ ਐਨ ਐਂ ਦਿਖਦਾ ਹੁੰਦਾ ਤਾਂ ਵੀ ਠੰਡ ਪਈ ਹੈ ਬਾਹਰ ਚਾਹੇ ਜਿੰਨੀ ਮਰਜ਼ੀ ਗਰਮੀ ਸੀਗੀ ਸੋ ਮੱਥਾ ਟੇਕ ਲਿਆ ਜੀ ਪਿੱਛੇ ਤੁਸੀਂ ਨਹਿਰ ਦੇਖ ਸਕਦੇ ਹੋ ਹੁਣ ਇਹ ਸਨਾਈਪਰ ਦੇ ਉਰੇ ਪਾਰਟ ਨਿਕਲ ਕੇ ਗਿਆ ਸੀ ਤੁਹਾਨੂੰ ਦਿਖਾਉਣਾ ਸੀਗਾ ਪਰ ਜਾਨੂੰ ਉਹ ਅੱਗੇ ਵੱਗ ਗਿਆ ਹੁਣ ਤਾਂ ਮੂਲ ਸਪਰੈਸਰ ਸੀਗਾ ਜਿਹੜਾ ਉਹ ਸੀਗਾ ਹੈਲੋ ਆਹ ਦੇਖ ਲਓ ਜੀ ਰਵੀ ਇੰਨਾ ਕੰਮ ਕਰਦਾ ਸਾਰੇ ਡੰਗਰ ਇਕੱਲੇ ਹੀ ਸਾਂਭ ਲੈਂਦਾ ਨਾਲ ਖੇਤੀ ਵੀ ਕਰਦਾ ਸਾਡੇ ਪਿੰਡ ਦੇ ਹੁਣ ਹਰ ਮੁੰਡੇ ਮੌਸਮ ਜੀ ਫਿਰ ਮੀਂਹ ਵਾਲਾ ਹੋ ਗਿਆ ਹੈ ਨਾ ਆਪਣੇ ਪਿੰਡ ਦਾ ਵਧੀਆ ਮੀਂਹ ਪਈ ਜਾਂਦਾ ਆਊਗਾ ਵਧੀਆ ਪੈ ਜਾਵੇ ਚਾਏ ਪੀ ਲਓ ਫਰੈਂਡਸ ਚਾਏ ਠੰਡੀ ਹੋ ਰਹੀ ਹੈ ਲੰਗਰ ਤਾਂ ਅਸੀਂ ਗੁਰੂ ਘਰ ਛਕਿਆ ਸੀਗੇ ਜੀ ਮੈਂ ਕਿਹਾ ਚਲੋ ਚਾਹ ਪੀਂਦੇ ਹਾਂ ਓਏ ਅੰਗਦ ਅੰਗਦ ਹੈਲੋ ਓਏ ਪਾਣੀ ਭਰ ਦੇ ਓਏ ਆਉਣਾ ਨਹੀਂ ਪਿੰਡ ਤਾਂ ਨਾਨਕ ਹੀ ਰਹਿਣਾ ਪਾਣੀ ਭਰਦਾ ਫਿਰਦਾ ਮੈਂ ਖੇਡਣ ਚੱਲਿਆ ਡੈਡੀ ਇਹਦਾ ਕਹਿੰਦਾ ਮੈਨੂੰ 10 ਕਿੱਲੇ ਜ਼ਮੀਨ ਲੈ ਦੋ ਡੈਡੀ ਜੇ ਉੱਥੇ ਮੈਂ ਖੇਤੀ ਕਰੂੰਗਾ ਨਾਨਕ ਜਿਵੇਂ ਕਾਲੀ ਕਹਿੰਦਾ ਮਾਮੇ ਨਾਲ ਖੇਤੀ ਸੋ ਆਹ ਵਾਲੀ ਐਨਕਾਂ ਸੀਗੀਆਂ ਜਿਹੜੀ ਮੈਂ ਤੁਹਾਨੂੰ ਕਹਿੰਦਾ ਸੀ ਉੱਪਰ ਦੇਖੋ ਇਹਦੇ ਸਕਰੈਚ ਪਏ ਨੇ ਜਦੋਂ ਮੈਂ ਖੇਡਣ ਜਾਂਦਾ ਵਾਂ ਸੋ ਆਹ ਵਾਲੀ ਐਨਕਾਂ ਲਾ ਜਾਂਦਾ ਵਾ ਕਿਉਂਕਿ ਖੇਡਣ ਲੱਗੇ ਕਈ ਵਾਰੀ ਸੌਕਰ ਬਾਲ ਇੰਨੀ ਤੇਜ਼ੀ ਨਾਲ ਮੂੰਹ ਤੇ ਲੱਗਦੀ ਹੈ ਮੇਰੇ ਬਹੁਤ ਵਾਰ ਐਨਕਾਂ ਟੁੱਟੀਆਂ ਨੇ ਖੇਡਦੇ ਸਮੇਂ ਸੋ ਮੈਂ ਪਹਿਲਾਂ ਲੈਂਸ ਵੀ ਪਾਉਣ ਲੱਗ ਗਿਆ ਸੀ ਪਰ ਮੈਨੂੰ ਲੈਂਸ ਜੇ ਫਿੱਟ ਜੇ ਨਹੀਂ ਆਏ ਹੈਗੇ ਮੈਨੂੰ ਬਸ ਵਧੀਆ ਨਹੀਂ ਲੱਗੇ ਉਹੀਓ ਕਹਿ ਲਓ ਵੀ ਜਾਂ ਘੱਟ ਪਏ ਨੇ ਇਸ ਕਰਕੇ ਹੁਣ ਮੈਂ ਇਹ ਐਨਕ ਇਹੋ ਜਿਹੀ ਦੁਬਾਰਾ ਲੈ ਕੇ ਆਊਂਗਾ ਮੈਨੂੰ ਇਹ ਸਟਾਈਲ ਵਧੀਆ ਲੱਗਦਾ ਇਹ ਜਿਹੜੀ ਐਨਕ ਦੇ ਸ਼ੀਸ਼ੇ ਨੇ ਇਹ ਆਪਣੇ ਆਪ ਹੀ ਕਾਲੇ ਹੋ ਜਾਣਗੇ ਧੁੱਪੇ ਹੁਣ ਤਾਂ ਫਿਲਹਾਲ ਧੁੱਪ ਨਹੀਂ ਹੈਗੀ ਮੈਨੂੰ ਵੈਸੇ ਵੀ ਜਿਵੇਂ ਉੱਤੇ ਸਕਰੈਚ ਨੇ ਨਾ 'ਚ ਹੋਰ ਕੋਈ ਪ੍ਰੋਬਲਮ ਹੈਗੀ ਮੈਨੂੰ ਉਹ ਚੀਜ਼ ਜਮ੍ਹਾਂ ਪਸੰਦ ਨਹੀਂ ਮੈਨੂੰ ਆਪਣੇ ਐਨਕਾਂ ਦੇ ਸ਼ੀਸ਼ੇ ਉੱਤੇ ਜਮ੍ਹਾਂ ਵੀ ਕੁਛ ਵੀ ਨਹੀਂ ਲੱਗਿਆ ਹੋਣਾ ਚਾਹੀਦਾ ਜਮ੍ਹਾਂ ਸਾਫ਼ ਚਾਹੀਦਾ ਨਹੀਂ ਮੈਨੂੰ ਬਹੁਤ ਬੁਰੀ ਜਿਹੀ ਚੀਜ਼ ਲੱਗਦੀ ਆ ਉਹ ਇੱਦਾਂ ਹੀ ਮੈਂ ਜਦੋਂ ਕਿਸੇ ਵੀ ਰਿਸ਼ਤੇਦਾਰੀ 'ਚ ਜਾਂਦਾ ਕਿਉਂਕਿ ਮੋਸਟਲੀ ਬਜ਼ੁਰਗਾਂ ਦੀ ਐਨਕਾਂ ਅਤੇ ਜਾਂ ਜਮੀ ਜਵਾਕ ਹੁੰਦੇ ਆ ਜਿਹੜੀਆਂ ਉਹਨਾਂ ਦੀ ਐਨਕਾਂ ਬਹੁਤ ਗੰਦੀਆਂ ਪਏ ਹੁੰਦੀਆਂ ਮੈਂ ਸਭ ਤੋਂ ਪਹਿਲਾਂ ਜਾ ਕੇ ਰਿਸ਼ਤੇਦਾਰੀਆਂ 'ਚ ਮੈਂ ਤਾਂ ਦੇਖ ਹੀ ਨਹੀਂ ਜਾਂਦੀ ਵੀ ਉਹਨਾਂ ਦੀ ਐਨਕ ਗੰਦੀ ਆ ਫਿਰ ਉਹਨੂੰ ਮੈਂ ਸਾਫ਼ ਕਰਕੇ ਦਿੰਦਾ ਬਜ਼ੁਰਗਾਂ ਨੂੰ ਕਿਸੇ ਨੂੰ ਵੀ ਤਾਂ ਜਦੋਂ ਦੁਬਾਰਾ ਲਾਉਂਦੇ ਕਹਿੰਦੇ ਯਾਰ ਇੰਨਾ ਕਲੀਅਰ ਦਿਖ ਰਿਹਾ ਸਾਨੂੰ ਹੁਣ ਮੈਨੂੰ ਉਹ ਫੀਲਿੰਗ ਜੀ ਬੜੀ ਵਧੀਆ ਲੱਗਦੀ ਆ ਹੁਣ ਮੈਂ ਸੌਕਰ ਖੇਡਣ ਚੱਲਦਾ ਸ਼ੂ ਪਾ ਲਈਏ ਮੋਟਰਸਾਈਕਲ ਅੱਜ ਹੈਗਾ ਘਰੇ ਸੋ ਚੱਲੀਏ ਇੱਧਰ ਕ੍ਰਿਕਟ ਚੱਲ ਰਹੀ ਹੈ ਜੀ ਇੱਧਰ ਸੌਕਰ ਚੱਲ ਰਹੀ ਹੈ ਸ਼ੁਰੂ ਹੋਣੀ ਆ ਆਪਾਂ ਟਾਈਮ 'ਤੇ ਪਹੁੰਚ ਗਏ ਚਲੋ ਖੇਡੀਏ ਆਪਾਂ ਅੱਜ ਗੱਲ ਹੀ ਕਰਦੇ ਸੀ ਵੀ ਬਾਲ ਵੱਜਦੀ ਆਹ ਦੇਖੋ ਬਾਲ ਵੱਜੀ ਫੇਸ 'ਤੇ ਐਨਕ ਲੈ ਕੇ ਹੋ ਗਈ ਆਹ ਉਰੇ ਐਨਕ ਕਰਕੇ ਸੱਟ ਲੱਗੀ ਮੈਂ ਦੱਸਦਾ ਹੀ ਸੀਗਾ ਆਹ ਦੇਖੋ ਐਨਕ ਦਾ ਕੀ ਹਾਲ ਹੋਇਆ ਹੋ ਵਾਹਿਗੁਰੂ ਇੰਨੇ ਹਨੇਰੇ ਹੋਏ ਤੱਕ ਖੇਡਦੇ ਹਾਂ ਅਸੀਂ ਇੰਨਾ ਜ਼ਿਆਦਾ ਪਸੀਨਾ ਆਉਂਦਾ ਵਾ ਸ਼ਰਟ ਪੂਰੀ ਐਨ ਨੁੱਚੜਦੀ ਹੁੰਦੀ ਆ ਕੇ ਕੋਈ ਵੀ ਪਾਸਾ ਨਹੀਂ ਹੈਗਾ ਸ਼ਰਟ ਦਾ ਜਿਹੜਾ ਐਨ ਗਿੱਲਾ ਨਹੀਂ ਹੈਗਾ ਭਿੱਜਿਆ ਨਹੀਂ ਹੋਇਆ ਹੈਗਾ ਅਤੇ ਐਨਕ ਹੁਣ ਮੈਂ ਖੇਡਣ ਨੂੰ ਰੱਖ ਲੈਣੀ ਕਿਉਂਕਿ ਹੁਣ ਜਮ੍ਹਾਂ ਬਿੰਗੀ ਟੇਢੀ ਹੋਈ ਪਈ ਆ ਪਰ ਚਲੋ ਨਵੀਂ ਉਹ ਆਪਾਂ ਐਨਕ ਬਣਾ ਲਾਂਗੇ ਪਿਛਲੀ ਵੀਡੀਓ 'ਚ ਕਿਸੇ ਨੇ ਪੁੱਛਿਆ ਸੀਗਾ ਵੀ ਤੁਸੀਂ ਨਿੰਬੂ ਪਾਣੀ ਕਦੋਂ ਪੀਂਦੇ ਹੁੰਦੇ ਹੋ ਮੈਂ ਬਸ ਸਿੱਧਾ ਹੁਣ ਨਿੰਬੂ ਨਿਚੋੜ ਕੇ
एक मैं जान तो पहला पी लैंदा हुंदा खेडण जाण तो पहला ते हुण एक खेडण जाण तो बाद ते खेड के जदों मैं उहनां नाल मेरा अद्धा किलो तो वध भार घटिया हुंदा चाहे तुसीं कह लो वी उह पाणी दा भार घट जांदा चाहे जिहदा मर्जी पर हुण मैं वेट करूंगा 94 वेट सी मेरा 93.50 होना मैं रोज़ का देखा हुआ पर हूँ जब मैं पानी पी लूँगा फिर बढ़ जूगा। मैं थोड़ा कहना थी 94 तो 93.55 अद्धा किलो तो वध भार घटिया वा क्योंकि मैं आके पानी भी पी रहा नींबू पानी जो बॉल लगी सी मैं आए से भी कल मेरी आह सट लगी है भी ये चो ब्लड निकल के आ उरे जमे हुआ हूँ मैं नहा के आया मैं बथेरा लाया पर हूँ मैं पता लग्या वा कोई गर्म च जो आप गर्म बुनिया शरीर खेडते तो पता ही लगता सारी ऐनक की रगड़ लगी है सोरो ऐनक ऐ बिगी होंगी सारी रगड़ा देखो सारे कितने सट जी लगी मैं हूँ नोटिस किया उदा मैं पता नहीं मैं कितने खून ही लगे भी ये चो निकल के उ जम गया होना पर चलो कोई ना हौली हौली लुट हो जूगी मम्मी आ देखो आ सारे लगी है मैं कहना सी कितने उरे लगी है सट सारा मूँह देखो कि पता ही नहीं बॉल लगी है मूँह तो ऐनक तो लगती होंगी ऐनक गिर गई साइड से ऐनक किसी ने बुछ ली इन्नी उच्ची गई ऐनक तो मैं लगे बस उरी सट लगी है भी खून निकल के भी आसे पासे जम गया मैं साफ भी किया शर्ट नाल घरे आके मैं लाई जावा वो दुख भी लगे हूँ सारे तो फिर ऐनक निकल के आए रगड़ खा गई सारे घूम गए तो मैं दस सकता कि साड़ी छोटी होंगे चबानी उठानी कहना पंजी गुम हो जानी असी दूजी भी सीटनी हूँ तेरे बिक बार होर मैं मारता वो फिर देखो तेरी मम्मी भी कि लगी कि मैं लगता मैं लग रहा जी अज मैं थोड़ा ज्यादा सोहना लग रहा पर उ सारे मुंडे हाँ कहती अज हद हो गई इनकी मैं लग गई यार बॉल लगी है मम्मी सट्टा तो बाहर लग दी ने हल्दी च देसी घ्यो पा के मल ला रोज ही खांदा पींदा देसी घ्यो सब कुछ खांदा रोज ते फाइनली रात नूं जी हल्दी वाला दुध हुण मैं दुध पी के नाल नाल मैं एपीसोड देख रहा वा बिग बैंग थियरी दे मैं पहला काफ़ी सीजन देखे हुए सीगे पर हुण जिहड़े नवें सीजन आए सी ओह मेरे रहिंदे सीगे सो मैं हुण ओह फिनिश कर रहा सारे बड़ा वधिया शो लगदा सीगा मैनूं सो गुड नाइट जी तुहानूं सारिआं नूं भी टेक केयर आ नैक्सट मॉर्निंग आ जी मैं उठे सीगा मम्मी कहिंदे गड्डी पिछे ला दे गड्डी धो दिंदे आ ते आ देखो ये हुण मैं श्योर नहीं है भी यह सारी ऐनक दी सट्टा जां बॉल ही इन्नी तेज लगी क्योंकि बॉल काफ़ी तेज लगी सी मैं जमा ही नेड़े सीगा किक मारी सी उहने पूरा शूट भी आह बॉल बज के आह एरिए दे विच आ खून इकट्ठा हो गया पता नहीं है तुसीं दस्सिओ तुहाडे कोल कदे इहो जिही फुटबॉल खेडदे सट्ट लगी भी तुहाडे आह खून जिहा इकट्ठा हो गया होवे जां फिर आई होगा भी ऐनक उरों निकली ते आह सारी किस गई सो आई एम नॉट श्योर कमेंट जरूर दस्सिओ बाकी मिलांगे जी तुहानूं अगली वीडियो विच थोनों अगली वीडियो के भी मेरा यह चेहरा देखने को मिलेगा तो सारे सत श्री अकाल जी बाय ते मॉर्निंग चाह चू पीना चाह मैं घटाई हुई है पर कदे कदे जी करता हों पीन का अज जी कर रहा सो अज पीने